वाला मेरा मालिक तू, मैनु पवित्र करने वाला मेरा मालिक तू, तू है मेहरबान जी, तेरे हजूर यीशु जी मैं आया, तेरे हजूर यीशु जी मैं आया, आनंद शांति ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅਸੀਂ ਰੋਜ਼ਿਆਂ ਦੇ ਦੂਸਰੇ ਹਫ਼ਤੇ ਵਿੱਚੋਂ ਦੀ ਲੰਘ ਰਹੇ ਹਾਂ। ਅਸੀਂ ਵਿਸ਼ਵਾਸ ਕਰੀਏ ਕਿ ਖੁਦਾ ਦਾ ਵਚਨ ਸਾਡੀ ਅਗਵਾਈ ਕਰ ਰਿਹਾ ਹੈ। ਅੱਜ ਦੇ ਪਹਿਲੇ ਪਾਠ ਵਿੱਚ ਜੋ ਯਰਮੀਆ ਨਬੀ ਦੀ ਪੁਸਤਕ 17 ਅਧਿਆਇ ਦੀ 5 ਤੋਂ 10 ਐਤ ਵਿੱਚੋਂ ਲਿਆ ਗਿਆ ਹੈ, ਵਚਨ ਸਾਨੂੰ ਆਖਦਾ ਹੈ, ਧੰਨ ਉਹ ਲੋਕ ਹਨ ਜੋ ਖੁਦਾ ਉੱਤੇ ਵਿਸ਼ਵਾਸ ਰੱਖਦੇ ਹਨ, ਭਰੋਸਾ ਰੱਖਦੇ ਹਨ। ਪਿਆਰਿਓ, ਆਓ ਅਸੀਂ ਵੀ ਇਹੋ ਜਿਹੇ ਮੁਬਾਰਕ ਲੋਕਾਂ ਦੀ ਸੰਗਤ ਵਿੱਚ ਸ਼ਾਮਿਲ ਹੋਈਏ ਜੋ ਖੁਦਾ ਉੱਤੇ ਪੂਰਨ ਭਰੋਸਾ ਰੱਖਦੇ ਹਨ। ਅਸੀਂ ਜਾਣਦੇ ਹਾਂ ਕਿ ਛੋਟੇ ਬੱਚੇ ਆਪਣੇ ਮਾਂ ਬਾਪ ਦੇ ਨਾਲ ਉਹਨਾਂ ਦਾ ਹੱਥ ਫੜ ਕੇ ਚੱਲਦੇ ਹਨ। ਭਾਵੇਂ ਕਿ ਅਸੀਂ ਖੁਦਾ ਨੂੰ ਨਹੀਂ ਵੇਖ ਸਕਦੇ, ਇਹ ਸਾਡਾ ਵਿਸ਼ਵਾਸ ਹੀ ਹੈ ਕਿ ਖੁਦਾ ਸਾਡੇ ਨਾਲ ਹੈ, ਸਾਡੇ ਨਾਲ ਚੱਲ ਰਿਹਾ ਹੈ। ਜੇਕਰ ਖੁਦਾ ਸਾਡੇ ਨਾਲ ਹੈ, ਅਸੀਂ ਵੀ ਪੂਰਨ ਭਰੋਸੇ ਨਾਲ ਖੁਦਾ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਇਹਨਾਂ ਰੋਜ਼ਿਆਂ ਦੇ ਵੇਲੇ, ਰੋਜ਼ਿਆਂ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰੀਏ। ਆਓ ਅਸੀਂ ਉਹਨਾਂ ਸਾਰਿਆਂ ਸਮਿਆਂ ਦੇ ਲਈ, ਸਾਰੀਆਂ ਗਲਤੀਆਂ ਗੁਨਾਹਾਂ ਦੇ ਲਈ ਖੁਦਾ ਕੋਲੋਂ ਮਾਫ਼ੀ ਮੰਗੀਏ, ਜੋ ਅਸੀਂ ਆਪਣੇ ਮਸੀਹੀ ਇਮਾਨ ਦੇ ਖਿਲਾਫ਼, ਖੁਦਾ ਅਤੇ ਆਪਣੇ ਬਾਕੀ ਭੈਣਾਂ ਭਰਾਵਾਂ ਦੇ ਖਿਲਾਫ਼ ਕੀਤੇ ਹਨ। ਪਛਤਾਵੇ ਭਰੇ ਦਿਲ ਨਾਲ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ, ਇਹ ਪ੍ਰਭੂ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰੀਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ, ਐ ਪ੍ਰਭੂ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਇਨਸਾਨ ਦੀ ਬੇਗੁਨਾਹੀ ਤੋਂ ਖੁਸ਼ ਹੁੰਦਾ ਹੈ ਅਤੇ ਉਸ ਨੂੰ ਮੁੜ ਬਹਾਲ ਕਰਦਾ ਹੈ। ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ ਕਿ ਆਪਣੇ ਸੇਵਕਾਂ ਦੇ ਦਿਲਾਂ ਨੂੰ ਤੂੰ ਆਪਣੇ ਵੱਲ ਮੋੜ ਲੈ, ਤਾਂ ਜੋ ਤੇਰੇ ਰੂਹ ਦੀ ਅੱਗ ਨਾਲ ਭੜਕਦੇ ਹੋਏ ਅਸੀਂ ਇਮਾਨ ਵਿੱਚ ਮਜ਼ਬੂਤ ਅਤੇ ਨੇਕੀ ਦੇ ਕੰਮਾਂ ਵਿੱਚ ਫਲਦਾਰ ਬਣ ਸਕੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ,
सदा तो सदा तक। आमीन। पाठ पहला, यर्मिया नबी दे ग्रंथ विचों उसका 17 बाप 5 तो 10 आयत तक। प्रभु कहता है, मैं उस मनुख नू दोषी ठहरावांगा जो मेरे तो दूर हो जाता है, अते जो मनुखी अर्थात शरीरिक शक्ति उत्ते भरोसा रखता है। ओ मनुख उस झाड़ी दे वांग है जो एकांत मरुथल विच उगी होवे, जो कलर वाली जमीन उत्ते उगी होवे जिथे होर कुछ वधदा फुलदा नहीं है, उसका किसी तरह का भला नहीं होवेगा। पर मैं उस मनुख नू आसीस देवांगा जो मेरे उत्ते भरोसा रखता है। ओ मनुख उस रुख दे वांग है जो चश्मे दे कंडे उत्ते उग्या होवे, जिस दियां जड़ां पानी वल वधियां होन। ओ गर्मी दी रुत तो नहीं डरदा क्योंकि उस दे पत्ते हरे रहिंदे हन, ना ही ओ मीह दी थोड़ कारण चिंता करदा है, अते ओ फलदार हुंदा रहिंदा है। मनुखी मन नू कौन समझ सकता है, इस जिन्नी होर कोई चीज़ धोखेबाज नहीं है, अते इस दा कोई इलाज नहीं है। मैं प्रभु मन दी जांच करदा हाँ अते मनुखी दिलां नू परखदा हाँ। मैं हर एक मनुख नू उस दे आचरण अनुसार अते उस दे कीते कम्मां अनुसार बदला देवांगा। प्रभु दी बाणी। खुदा दा शुक्र होवे। प्रभु तुहाडे नाल होवे अते तुहाडी रूह नाल भी होवे। पांठ पवित्र अंजील दा सन लूका दे अनुसार तेरी वडियाई होवे ऐ प्रभु। उस दा 16 अध्याय
19 ਤੋਂ 31 ਆਇਤ। ਇੱਕ ਧੰਨਵਾਦ ਮਨੁੱਖ ਸੀ ਜੋ ਬੈਂਗਣੀ ਅਤੇ ਮਹੀਨ ਵਧੀਆਂ ਮਲਮਲ ਦੇ ਕੱਪੜੇ ਪਾਉਂਦਾ ਸੀ ਅਤੇ ਰੋਜ਼ ਲੇਟ ਕੇ ਸਵਾਦੀ ਭੋਜਨ ਖਾਂਦਾ ਸੀ ਅਤੇ ਉਹਦੇ ਫਾਟਕ ਉੱਤੇ ਲਾਜ਼ਰ ਨਾਂ ਦਾ ਇੱਕ ਗਰੀਬ ਆਦਮੀ ਪਿਆ ਰਹਿੰਦਾ ਸੀ ਜਿਸ ਦਾ ਸਰੀਰ ਫੋੜਿਆਂ ਨਾਲ ਭਰਿਆ ਪਿਆ ਸੀ ਅਤੇ ਉਹ ਅਮੀਰ ਮਨੁੱਖ ਦੀ ਮੇਜ਼ ਤੋਂ ਡਿੱਗੇ ਹੋਏ ਚੂਰੇ ਪੂਰੇ ਖਾ ਕੇ ਆਪਣਾ ਪੇਟ ਪਾਲਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਕੁੱਤੇ ਆ ਕੇ ਉਹਦੇ ਫੋੜੇ ਚੜ੍ਹਦੇ ਸਨ। ਉਹ ਗਰੀਬ ਆਦਮੀ ਮਰ ਗਿਆ ਅਤੇ ਫਰਿਸ਼ਤਿਆਂ ਨੇ ਉਸ ਨੂੰ ਚੁੱਕ ਕੇ ਅਬਰਾਹਮ ਦੀ ਗੋਦ ਵਿੱਚ ਅਪਣਾ ਦਿੱਤਾ। ਉਹ ਅਮੀਰ ਮਨੁੱਖ ਵੀ ਮਰ ਗਿਆ ਅਤੇ ਉਸ ਨੂੰ ਦਫਨਾ ਦਿੱਤਾ ਗਿਆ। ਪਤਾਲ ਵਿੱਚੋਂ ਘੋਰ ਸੰਤਾਪ ਸਹਿੰਦੇ ਹੋਏ ਉਸਨੇ ਆਪਣੀਆਂ ਅੱਖਾਂ ਉਤਾਰ ਚੁੱਕੀਆਂ ਅਤੇ ਦੂਰ ਅਬਰਾਹਮ ਅਤੇ ਉਸਦੀ ਗੋਦ ਵਿੱਚ ਲਾਜ਼ਰ ਨੂੰ ਵੇਖਿਆ। ਉਸਨੇ ਪੁਕਾਰ ਕੇ ਕਿਹਾ, ਪਿਤਾ ਅਬਰਾਹਮ, ਮੇਰੇ ਉੱਤੇ ਤਰਸ ਖਾਵੋ ਅਤੇ ਲਾਜ਼ਰ ਨੂੰ ਕੱਲੋ, ਭਈ ਆਪਣੀ ਉਂਗਲੀ ਦਾ ਪੋਟਾ ਪਾਣੀ ਵਿੱਚ ਪਿਉ ਕੇ ਮੇਰੀ ਜੀਵ ਨੂੰ ਠੰਡਾ ਕਰੇ, ਕਿਉਂਕਿ ਮੈਂ ਇਸ ਅੱਗ ਦੀਆਂ ਲਪਟਾਂ ਵਿੱਚ ਤੜਪ ਰਿਹਾ ਹਾਂ। ਪਰ ਅਬਰਾਹਮ ਨੇ ਕਿਹਾ, ਪੁੱਤਰ, ਯਾਦ ਕਰ, ਤੂੰ ਆਪਣੇ ਜੀਵਨ ਕਾਲ ਵਿੱਚ ਉਹ ਸਭ ਪਾਇਆ ਜੋ ਚੰਗਾ ਹੀ ਚੰਗਾ ਹੈ ਅਤੇ ਲਾਜ਼ਰ ਨੇ ਇਸੇ ਤਰ੍ਹਾਂ ਉਹ ਪਾਇਆ ਜੋ ਮਾੜਾ ਸੀ। ਪਰ ਹੁਣ ਉਸ ਨੂੰ ਇੱਥੇ ਦਿਲਾਸਾ ਮਿਲ ਰਿਹਾ ਹੈ ਅਤੇ ਤੂੰ ਤੜਪ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਵੱਡੀ ਖਾਈ ਰੱਖੀ ਗਈ ਹੈ, ਇਸ ਲਈ ਕਿ ਹਰ ਕੋਈ ਜੋ ਇੱਧਰੋਂ ਪਾਰ ਕਰਕੇ ਤੁਹਾਡੇ ਪਾਸੇ ਆਉਣਾ ਚਾਹੇ ਉਹ ਇੰਜ ਨਾ ਕਰ ਸਕੇ ਅਤੇ ਨਾ ਕੋਈ ਉੱਧਰੋਂ ਪਾਰ ਕਰਕੇ ਸਾਡੇ ਪਾਸੇ ਆ ਸਕੇ। ਉਸਨੇ ਕਿਹਾ, ਐ ਪਿਤਾ, ਫਿਰ ਮੈਂ ਬੇਨਤੀ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਕੱਲ੍ਹ ਦਿਓ, ਕਿਉਂਕਿ ਮੇਰੇ 5 ਭਰਾ ਹੋਰ ਹਨ, ਤਾਂ ਕਿ ਉਹ ਉਹਨਾਂ ਨੂੰ ਚੇਤਾਵਨੀ ਦੇਵੇ ਕਿ ਕਿਤੇ ਉਹ ਵੀ ਇਸ ਘੋਰ ਸੰਤਾਪ ਦੀ ਥਾਂ ਵਿੱਚ ਨਾ ਆ ਜਾਣ। ਪਰ ਅਬਰਾਹਮ ਨੇ ਉਸਨੂੰ ਕਿਹਾ, ਉਹਨਾਂ ਕੋਲ ਮੂਸਾ ਅਤੇ ਨਬੀ ਹਨ, ਉਹ ਉਹਨਾਂ ਨੂੰ ਸੁਣਨ। ਉਸਨੇ ਕਿਹਾ, ਨਹੀਂ ਪਿਤਾ ਅਬਰਾਹਮ, ਜੇਕਰ ਮੁਰਦਿਆਂ ਵਿੱਚੋਂ ਕੋਈ ਉਹਨਾਂ ਕੋਲ ਜਾਵੇ ਤਾਂ ਉਹ ਪਛਤਾਵਾ ਕਰਨਗੇ। ਅਬਰਾਹਮ ਨੇ ਉਸਨੂੰ ਕਿਹਾ, ਜੇਕਰ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਫਿਰ ਭਾਵੇਂ ਕੋਈ ਮੁਰਦਿਆਂ ਵਿੱਚੋਂ ਜੀ ਵੀ ਉੱਠੇ, ਉਹ ਉਸਦਾ ਯਕੀਨ ਨਹੀਂ ਕਰਨਗੇ। ਪ੍ਰਭੂ ਦੀ ਪਾਕ ਅੰਚੀਲ, ਤੇਰੀ ਮਹਿਮਾ ਹੋਵੇ ਹੈ ਮਸੀਹਾ। ਮਸੀਹ ਵੀ ਪਿਆਰੇ ਭੈਣੋ ਅਤੇ ਭਰਾਓ, ਜਿਹੜਾ ਵੀ ਮਨੁੱਖ ਸਿਰਫ ਆਪਣੇ ਆਪ ਦੇ ਬਾਰੇ ਸੋਚਦਾ ਹੈ ਅਤੇ ਆਪਣੇ ਆਪ ਦੇ ਲਈ ਹੀ ਸਾਰੇ ਕੰਮ ਕਰਦਾ ਹੈ, ਉਹ ਮਨੁੱਖ ਸਵਾਰਥੀ ਹੁੰਦਾ ਹੈ। ਅਤੇ ਜਿਹੜਾ ਮਨੁੱਖ ਸਵਾਰਥੀ ਹੁੰਦਾ ਹੈ ਉਸ ਨੂੰ ਦੂਜਿਆਂ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ, ਕੋਈ ਨਾਤਾ ਨਹੀਂ ਹੁੰਦਾ, ਕਿਉਂਕਿ ਉਹਦੀ ਸਾਰੀ ਸੋਚ ਅਤੇ ਉਸਦੇ ਤਨ ਮਨ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਉਸਦੇ ਆਪਣੇ ਆਪ ਦੇ ਲਈ ਹੀ ਕਾਰਜਸ਼ੀਲ ਹੁੰਦੀਆਂ ਹਨ, ਉਹ ਦੂਜਿਆਂ ਲਈ ਕੁਝ ਵੀ ਨਹੀਂ ਕਰਨਾ ਚਾਹੁੰਦਾ। ਪਿਆਰਿਓ, ਅਸੀਂ ਕੁਦਰਤ ਦੇ ਬਾਕੀ ਪ੍ਰਾਣੀਆਂ ਨੂੰ ਵੇਖੀਏ, ਖਾਸ ਤੌਰ 'ਤੇ ਰੁੱਖਾਂ ਨੂੰ ਵੇਖੀਏ, ਕੀ ਰੁੱਖ ਆਪਣੇ ਆਪ ਦੇ ਲਈ ਛਾਂ ਪੈਦਾ ਕਰਦੇ ਆ, ਕੀ ਰੁੱਖ ਆਪਣੇ ਆਪ ਦੇ ਲਈ ਫਲ ਪੈਦਾ ਕਰਦੇ ਆ? ਨਹੀਂ, ਜਿੰਨੇ ਵੀ ਰੁੱਖ ਹੁੰਦੇ ਹਨ ਉਹ ਦੂਜਿਆਂ ਨੂੰ ਛਾਂ ਦਿੰਦੇ ਆ, ਉਹ ਦੂਜਿਆਂ ਲਈ ਆਪਣੇ ਫਲ ਪੈਦਾ ਕਰਦੇ ਆ, ਉਹਨਾਂ ਦੀ ਉਸ ਛਾਂ ਅਤੇ ਫਲਾਂ ਜਾਂ ਪੱਤਿਆਂ ਦਾ ਸ਼ਾਇਦ ਉਹਨਾਂ ਨੂੰ ਉਨਾ ਲਾਭ ਨਹੀਂ ਹੁੰਦਾ, ਪਰ ਇਹ ਸਾਰਾ ਲਾਭ ਦੂਜਿਆਂ ਨੂੰ ਹੁੰਦਾ ਹੈ। ਜੇਕਰ ਇਹ ਅਮੀਰ ਆਦਮੀ ਆਪਣੇ ਆਸੇ ਪਾਸੇ ਰਹਿ ਰਹੇ ਬਾਕੀ ਲੋਕਾਂ ਦੀ ਕੇਅਰ ਕਰਦਾ, ਘੱਟੋ ਘੱਟ
इस गरीब लाज़र की देखभाल करता तो शायद उसनों नरक की अग विच इस तरह कोर संताप नहीं सी सहना पैंदा। प्यारियो असी अपनियां बल वेखिए कि असी भी कितने स्वार्थी तो नहीं हाँ, जेकर हाँ तो खुदा ने सानू ये रोजियां का समा बख्शिया है। एक सबक सानू खुदा अपने वचन विचों दे रहा है कि स्वार्थी मनुख हमेशा अपने आप बारे सोचता है, दूजियां बारे कदी नहीं सोचता। जो असी दूजियां बारे सोचते हाँ फिर ही असी नेक काम करते हाँ, तो अपने लिए अब्राहम की गोद विच स्वर्ग विच एक थान तैयार करते हाँ। आओ असी अपनी अखां बंद करते हुए खुदा अगे प्रार्थना करिए। सब शक्तिमान पिता परमेश्वर असी धन्यवाद करते हाँ सानू दित्तियां गईयां सारिया नियामतां ते खुशियां दे लई। हे प्रभु असी तुहाडे अगे अपने आप नू सौंपदे हाँ, जेकर असी स्वार्थी हाँ साडे इस स्वार्थ की बुराई नू साडे विचों दूर करो, तां जो असी साडे आस पास रहण वाले बाकी भैण भरावां की सहायता करिए। असी मंगदे हाँ साडे प्रभु यीशु मसीह दे राहीं, आमीन। मैं तेरे आया हूँ, कबूल करो यीशु कबूल करो, दिल का चढ़ावा लाया हूँ, कबूल करो यीशु कबूल करो, पास मैं तेरे आया हूँ, कबूल करो यीशु कबूल करो, दिल का चढ़ावा लाया हूँ, कबूल करो कबूल करो कबूल करो कबूल करो कबूल करो यीशु कबूल करो, पास मैं तेरे आया हूँ, कबूल करो यीशु कबूल करो, दिल का चढ़ावा लाया हूँ। तुझसे दूर था यूं लगता था, जैसे कि मुझ में प्राण नहीं, तुझसे दूर था यूं लगता था, जैसे कि मुझ में प्राण नहीं, तूने अपनाया है मुझको, इससे बड़ा सम्मान नहीं, इससे बड़ा सम्मान नहीं, अपनी दया से दामन भरो, पास मैं तेरे आया हूँ, कबूल करो यीशु कबूल करो, दिल का चढ़ावा लाया हूँ। राव तो भैन प्रार्थना करो कि मेरी ते थोड़ी कुर्बानी पूरी गुरत वाले खुदा बाप नो कबूल होवे। प्रभु इस कुर्बानी नो तुहाडे हत्था विचों अपने नाम दी उस्तत ते वडियाई लई अते साडे ते सारे पाक कलीसिया दे भले लई कबूल करे। ऐ प्रभु इस कुर्बानी दे राही
रोजियां दी साड़ी तपस्या नो पाक बनाओ ता जो बाहरी रूप विच किते जान वाला कुफारा साडे विच सही अंदरूनी तब्दीली लियावे साडे प्रभु यीशु मसीह दे राही आमीन। प्रभु तुहाडे नाल होवे अते तुहाडी रूह नाल भी होवे। तुसी अपने दिल प्रभु वल लगाओ असी अपने दिल प्रभु वल लगाउंदे हां। असी अपने प्रभु खुदा दा धन्नवाद करिए सही अते योग है। ऐ प्रभु पवित्र बाप पूरी कुदरत वाले ते अकाल खुदा ए सतमु सही अते योग है मुक्ति पाउण दा राह है कि असी हर वेले अते हर था यीशु मसीह अपने प्रभु दे राही तेरा धन्नवाद करिए। फसलां दा ए महासमां तेरे वल्लों तेरे परिवार नूं दित्ता खास तोहफा है तां जो असी अपनी रूह नूं नवां करिए। तू साडे दिलां नूं शुद्ध करन दी शरीरिक वासनावां उत्ते काबू पाउण दी अते आजादी नाल तेरी सेवा करन दी शक्ति सानूं बख्शदा है। तू सानूं सिखाउंदा है कि इस बदलदी दुनिया विच किस तरह रहना है अते ना खत्म होने वाली दुनिया उत्ते किस तरह साढ़े दिलां नूं टिकाउणा है। इसलिए हुण असी संतां ते फरिश्तियां नाल मिलके तेरी महिमा गीत गाउंदे हुए ये ऐलान करदे हां पाक 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 लश्करां दे प्रभु खुदा स्वर्ग ते धरती तेरे जलाल नाल भरपूर हन उचाइयां विच होसाना मुबारक है ओ जो प्रभु दे नां उत्ते आउंदा है उचाइयां विच होसाना। ऐ प्रभु तू सचमुच पवित्र है अते सब पवित्रता दा सोमा है। इसलिए असी बेनती करते हाँ कि जिस तरह तुरेल पैंदी है उस तरह तू अपने रूपाग नूं भेज के इन्हां नसानियां नूं पवित्र कर ता जो ये साडे लई साडे प्रभु यीशु मसीह दा बदन अते लहू बन जावे। उसने अपनी मर्जी नाल अपने आप नूं दुख तसियां लई सौंदे हुए रोटी लई धन्नवाद करदिआं रोटी तोड़ी अते अपने चेलियां नूं दित्ती ए कहिंदे हुए तुसी सारे ए लवो अते इस विचों खावो क्यों जो ए मेरा बदन है जेड़ा तुहाडे लई कुर्बान कीता जावेगा। इसे तरह भोजन करन तो बाद उसने प्याला लिया एक बार फिर तेरा धन्नवाद कर दिया प्याला अपने चेलियां नूं दिता ये कहिंदे हुए तुसी सारे ये लवो अते इस विचों पीओ क्यों जो ये मेरे लहू दा प्याला है नवे अते स्तिवी नेम दा लहू जो तुहाडे अते बहुतियां वास्ते गुनाहां दी माफी लई वहाया जावेगा। मेरी याद विच ए करिया करो। ईमान दा भेद ऐ प्रभु असी तेरी मौत दा ऐलान करदे हां अते तेरे जी उठन दी मुनादी करदे हां जद तक तू फिर आवेगा। ऐ प्रभु असी यीशु मसीह दी मौत अते उहदे जी उठन दी यादगारी नूं मनाउंदे होए तैनूं ए जीवन दी रोटी अते मुक्ति दा प्याला चोने हां। असी तेरा धन्नवाद करदे हां क्यों जो तू सानूं इस योग ठहराया कि असी तेरी हजूरी विच दाखिल होके तेरी सेवा करिए। असी हलीमी नाल दुआ करदे हाँ कि मसीह दे बदन अते लहू विच हिस्सा लैण द्वारा असी रूह पाक दे राहीं एकता विच बजे रहिए। ऐ प्रभु
सारी धरती उत्ते फैली हुई अपनी कलीसिया नूं याद कर। आते उस तू साढ़े संत पापा फ्रांसिस साढ़े विश्वास फ्रैंको डिग्नेलो सारे प्रोहता धार्मिक सिस्वा ते सब विश्वासी लोगों नाल प्यार की संपूर्णता विच कायम रख। सारे भैन भरावां नूं भी याद कर जिहड़े जी ठंडी मीड़ नाल सौ गए हैं। आते उन्हां सारियां नूं भी जो ते रहम विच मर गए हैं, इन्हां दा तो अपनी हजूरी दे चानण विच स्वागत कर। ऐ प्रभु असीं बेनती करते हाँ कि साढ़े सारिया उत्ते दया कर, ता जो मुकद्दस कुआरी मरियम खुदा दी मां दे नाल उस कुआई दे मुबारक वर्सन यूसुफ दे नाल तां रसूलां ते सारे संतां नाल जिन्हां ने सारे युगां विच तैनूं खुश कीता है, असीं सीवी जीवन दे वारस होण दे हकदार बन जावांगे। अदे तेरे बेटे यीशु मसीह दे राहीं तेरी वडियाई अते उस्तत करांगे। उसते राहीं ते उसते नाल ते उसते विच ए खुदा पूरी कुदरत वाले बाप रूह पाक दी एकता विच सब दलाल ते वडियाई तेरी ही है सदा तो सदा तक। आमीन। आओ सी खुदा दा राज साडे विच आउण लई इह प्रार्थना दोहराइए जो प्रभु यीशु मसीह ने सानू सिखाई है। ऐ साडे बाप तू जिहड़ा आसमान ते है, तेरा नाम पाक मन्या जावे, तेरा राज आवे, तेरी मर्जी जिस तरह आसमान ते पूरी हुंदी है जमीन ते भी होवे, साडे रोजी रोटी अज सांदे, साडे कसूर सानू माफ कर जिस तरह असीं अपने कसूरवारां नूं माफ करदे हां, सानू अजमाइश विच ना पा सगों रहाई तों बचाओ। आमीन। ऐ प्रभु असीं प्रार्थना करदे हां सब बुराइयां तों सानू बचाओ, अपने रहम नाल साडे दिनां विच शांति दे ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਆਓ ਤਾਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ, ਤੇ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਮਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜੇ ਲੇਲੇ ਦੇ ਪੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਸਿਉਕ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਅਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ, ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ਤੁਝ ਜ਼ਿੰਦਗੀ
उठी तू जिंदगी दी यीशु हुआल दे आबे हयात नाल तू सानू प्यार पाक शाकत लैण तो पिछों सिजदे दा मल ऐ इलाही यीशु जिहड़ा सचमुच मेरे दिल विच आया है मैं सारिया फरिश्तियां अते पाक लोकां नाल तैनू सिजदा करदी हाँ तू मेरा खालिक अते मालिक है सदा तिकर अते सारी जमीन दे कंडियां तिकर तेरी बजुर्गी वड्याई अते बंदगी कीती जावे ऐ मेहरबान यीशु मैं तेरिया रहमतां दे बदले तैनू की देवां मैं कख ते मिट्टी किस तरह तेरा शुक्र करा मैं तेरिया रहमतां दे गीत सदा गावांगी मैं अपने बदन ते रूह ख्यालां ते दलीलां गल्लां ते कम्मां खुशियां ते दुखां नाले जिंदगी ते मौत नूं तेरी नज़र करदी हाँ मेरे बदन नूं लै लै इहदे विच वस अते इहनूं सब गुनाही शैबत तों साफ रख मेरी मर्जी नूं लै लै अते इहनूं अपनी मर्जी उत्ते चला मेरी याद नू लै लै अते दे विच रिहा कर ता जो मैं तैनू कदे ना भुला मेरी अकल नू लै लै इनू वधा ता जो मैं तैनू वधीक जाना अते प्यार करा मैनू सारे नू लै लै ता जो मैं सब कुछ तेरे ही प्यार वास्ते करया करांगी आमीन। असी प्रार्थना करिए। ऐ खुदा बख्श दे कि ये कुरबानी सदा असरदाई होवे अते साडे विच हमेशा मजबूती नाल फलदायक बनी रहे। असीं इह मंगदे हाँ साडे प्रभु यीशु मसीह दे राहीं। आमीन। प्रभु तुहाडे नाल होवे अते तुहाडी रूह नाल भी होवे। असीं अपने सिर झुकावांगे। ऐ प्रभु अपने सेवकां दे नाल रह जो तेरे फजल की मदद लई पुकारदे हन। बख्श दे कि ओ तेरा सहारा अते तेरी हिफाजत दी अगवाई हासिल करन साडे प्रभु यीशु मसीह दे राहीं। आमीन। सब शक्तिमान खुदा बाप अते बेटा ते रूह पाक तुहानू बरकत देवे। आमीन। कुर्बानी छुड़ाएगी मसीह दी शांति विच जावो। खुदा दा शुक्र होवे। दुआ याद कर। याद कर ऐ निहायत मेहरबान वारी मरियम। ऐ कदे नहीं सुनया गया कि कोई भी तेरी पनाह ना लैंदिया तेरी मदद चाहुंदिया तेरी सिफारिश मंगदिया ते तू खाली लिया होवे। ऐ क्वारी क्वारी अते मेरी मां इस तसल्ली नाल
मैं तेरे को नस करूंगा अते तेरे के लोगों के मैं गुनाही रहूंगा ऐ तेरे हुए गुलाम दी मां तू मेरी जानवर की ना जान सगो में बानी ना सुनी अते कबूल करी आमीन मां मरियम शांति दी रानी साडे लिए दुआ कर मंग लिया पिला तू उस तो बरब्बा नू वेखो जिंदगी दा शाफी सूली चाड़िया मंग लिया पिला तू उस तो बरब्बा नू वेखो जिंदगी दा शाफी सूली चाड़िया सूली चाड़िया वेखो जी सूली चाड़िया मेरे बेगुना शाफी नू सूली चाड़िया देखो पापिया ने यीशु सूली चाड़िया देखो यीशु सूली चाड़िया मेरे बेगुनाह शाफी नु सूली चाड़िया देखो पापिया ने यीशु सूली चाड़िया